Like the video, subscribe to the channel and press the bell icon for latest video update. ਚੇ ਹੈ ਕਿ ਉਹੀ ਬੰਦੇ ਉਹੀ ਤਨਾੜ ਉਹੀ ਧਨ ਕਵੇਰ ਅੱਜ ਜਿਹੜਾ ਆ ਉਹ ਖੇਤੀ ਬਿੱਲਾਂ ਨੂੰ ਪਾਸ ਕਰਾਉਣ ਦੇ ਵਾਸਤੇ ਤਿਆਰ ਹੈ ਜਿਹੜੇ ਲਾਗੂ ਕਰਵਾਇਆ ਜਿਨ੍ਹਾਂ ਨੇ 5 ਜੂਨ ਨੂੰ ਪਾਸ ਕਰਵਾਇਆ ਉਹੀ ਬੰਦਿਆਂ ਦੇ ਨਾਲ ਉਹਨੇ ਮੀਡੀਆ ਖਰੀਦਿਆ ਹੋਇਆ ਅਡਾਨੀ ਅਵਾਨੀ ਰਿਲਾਇੰਸ ਸਾਰੇ ਇਹ ਜਿਹੜੇ ਇਹਨਾਂ ਨੇ ਮੀਡੀਆ ਖਰੀਦਿਆ ਹੋਇਆ ਜੀ ਬਹੁਤਾ ਵੱਡਾ ਮੀਡੀਆ ਜਿਹੜਾ ਖਰੀਦਿਆ ਹੋਇਆ ਉਹ ਜੋ ਕੁਛ ਉਹਨੂੰ ਕਿਹਾ ਜਾਂਦਾ ਮੀਡੀਆ ਨੂੰ ਉਹ ਬੋਲਿਆ ਜਾਂਦਾ ਹਾਂਜੀ ਗੱਲ ਇਹ ਆ ਜੇ ਇਹਨੂੰ ਹੁਣ ਅਸੀਂ ਕਿਸਾਨੀ ਕਹੀਏ ਜਾਂ ਚੀਨ ਤੋਂ ਆਏ ਕਹੀਏ ਜਾਂ ਪਾਕਿਸਤਾਨ ਤੋਂ ਆਈਏ ਕਹੀਏ ਜਾਂ ਖਾਲਿਸਤਾਨੀ ਕਹੀਏ ਜਾਂ ਅੱਤਵਾਦੀ ਕਹੀਏ ਇਹ ਇੱਕ ਮਤਲਬ ਜਿਹੜੀ ਟੈਕਟ ਆ ਕਿਸੇ ਮੂਵਮੈਂਟ ਨੂੰ ਲੀਹ ਤੋਂ ਲਾਉਣ ਵਾਸਤੇ ਲੋਕਾਂ ਦੇ ਵਿੱਚ ਜਿਹੜਾ ਗਲਤ ਮੈਸੇਜ ਪਹੁੰਚਾਉਣ ਵਾਸਤੇ ਮੀਡੀਆ ਇੱਕ ਪਾਵਰ ਹੈ ਸੰਘਰਸ਼ ਬਾਰੇ ਤੁਹਾਨੂੰ ਪਤਾ ਹੈ ਮੋਦੀ ਸਰਕਾਰ ਨੇ ਪਤਾ ਨੀ ਕੀ ਕਰ ਰਹੀ ਹੈ ਸਾਰੀ ਸਰਕਾਰ ਇੰਨੀ ਧੁੰਦ ਤੇ ਸਰਦੀ ਦੇ ਬਾਵਜੂਦ ਸਮਝੇ ਜੋ ਨੀ ਸਰਕੀ ਹੈਗੀ ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਪੰਜਾਬ ਦੇ ਹਰਿਆਣੇ ਦੇ ਦੂਸਰੀਆਂ ਸਟੇਟਾਂ ਦੇ ਅੱਜ ਕਿਸਾਨ ਪਹੁੰਚਣੇ ਸ਼ੁਰੂ ਹੋਏ ਹੈਗੇ ਧੁੰਦ ਵੀ ਬਹੁਤ ਆ ਸਰਦੀ ਵੀ ਬਹੁਤ ਜ਼ਿਆਦਾ ਹੈਗਾ ਪਰ ਕਿਸਾਨਾਂ ਦੇ ਜਿਹੜੇ ਹੌਸਲੇ ਪੂਰੀ ਤਰ੍ਹਾਂ ਬਣਾ ਹੈਗੇ ਆ ਇਹਦੇ ਨਾਲ ਨਾਲ ਵਿਦੇਸ਼ਾਂ 'ਚ ਖਾਸ ਤੌਰ 'ਤੇ ਬਹੁਤ ਜ਼ਿਆਦਾ ਜਿਹੜੀ ਖਾਸ ਤੌਰ 'ਤੇ ਲੋਜਿਸਟਿਕ ਸਪੋਰਟ ਪੂਰੀ ਪੰਜਾਬੀ ਕਮਿਊਨਿਟੀ ਵੱਲੋਂ ਆਈ ਹੈਗੀ ਆ ਹੁਣ ਅਸੀਂ ਤੁਹਾਡੀ ਇੱਕ ਅਜਿਹੇ ਸ਼ਖਸ ਨਾਲ ਮੁਲਾਕਾਤ ਕਰਾ ਰਹੇ ਹਾਂ ਜੋ ਕਿ ਬਹੁਤ ਅੱਛੇ ਪੰਜਾਬੀ ਰਾਈਟਰ ਆ ਕੋਈ 20-22 ਕਿਤਾਬਾਂ ਇਹਨਾਂ ਨੇ ਲਿਖੀਆਂ ਹੈਗੀਆਂ ਪੰਜਾਬੀ ਸੱਭਿਆਚਾਰ 'ਤੇ ਪ੍ਰੋਫੈਸਰ ਸ਼ੰਗਾਰਾ ਸਿੰਘ ਢਿੱਲੋਂ ਜੀ ਜੋ ਕਿ ਇੰਗਲੈਂਡ ਦੇ ਲਿਸਟਰ ਸ਼ਹਿਰ ਵਿੱਚ ਰਹਿੰਦੇ ਹੈਗੇ ਬਹੁਤ ਅੱਛੇ ਰਾਈਟਰ ਹੈਗੇ ਆ ਢਿੱਲੋਂ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿੰਨੇ NRI ਆ ਤੁਹਾਡੇ ਜਾਂ ਦੂਸਰੇ ਕੰਟਰੀ ਵਿੱਚ ਉਹਨਾਂ ਦਾ ਕਿਸਾਨੀ ਸੰਘਰਸ਼ ਬਾਰੇ ਕੀ ਓਪੀਨੀਅਨ ਹੈਗੇ ਆ ਕਿੰਨੇ ਕੁ ਤੁਸੀਂ ਚਿੰਤਤ ਹੋ ਮੋਦੀ ਸਰਕਾਰ ਦੇ ਕਾਰਨਾਮਿਆਂ ਬਾਰੇ ਦੇਖੋ ਜੀ ਇਹ ਭਾਜੀ ਇਹ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਨਹੀਂ ਇਸ ਵੇਲੇ ਭਾਰਤ ਦੇ ਵਿੱਚ ਨਹੀਂ ਇਸ ਵੇਲੇ ਪੂਰੀ ਦੁਨੀਆਂ ਦੇ ਵਿੱਚ ਹੋ ਗਿਆ ਇਹਦੇ ਬਾਰੇ ਵਿੱਚ ਜੇ ਆਪਾਂ NRI ਦੀ ਓਪੀਨੀਅਨ ਦੀ ਗੱਲ ਕਰੀਏ ਤਾਂ ਇੱਥੇ ਜਿੰਨਾ ਵੀ ਮਤਲਬ ਜਿਹੜਾ NRI ਦਾ ਵਿਊ ਹੈ ਜਾਂ ਉਹਨਾਂ ਦੀ ਸੋਚ ਹੈ ਉਹ ਕਿਸਾਨਾਂ ਦੇ ਨਾਲ ਹੈ ਕਿਉਂਕਿ ਜਿੱਥੇ ਹੱਕ ਦੀ ਲੜਾਈ ਹੈ ਸੱਚ ਦੀ ਲੜਾਈ ਹੈ ਉੱਥੇ ਕਿਸਾਨ ਹੋਣ ਜਾਂ ਕਿਰਤੀ ਹੋਣ ਜਾਂ ਹੋਰ ਕੋਈ ਭਾਈਚਾਰਾ ਹੋਵੇ ਮੁਲਾਜ਼ਮ ਵਰਗ ਉਹਦੇ ਨਾਲ ਖੜਨਾ ਸਾਰੇ NRI ਦਾ ਔਰ ਹਰ ਇੱਕ ਦਾ ਫਰਜ਼ ਬਣਦਾ ਔਰ ਉਹ ਫਰਜ਼ ਨਿਭਾਉਣਾ ਚਾਹੀਦਾ ਔਰ ਪੂਰਾ NRI ਭਾਈਚਾਰਾ ਜਿਹੜਾ ਆ ਉਹ ਇਸ ਵੇਲੇ ਕਿਸਾਨਾਂ ਦੇ ਨਾਲ ਹੈ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਜਿਹੜੀ ਸਪੋਰਟ ਦੇ ਰਿਹਾ ਹੈਗਾ ਪ੍ਰਦਰਸ਼ਨ ਵੀ ਮੈਂ ਦੇਖੇ ਕੈਨੇਡਾ ਵਿੱਚ ਆਸਟ੍ਰੇਲੀਆ ਵਿੱਚ ਇੰਗਲੈਂਡ ਵਿੱਚ ਵੀ ਤੁਹਾਡੀ ਉਹ ਜਿਹੜੀ ਸਾਡੀ ਇੰਡੀਆ ਦੀ ਅੰਬੈਸੀ ਹੈ ਲੰਡਨ ਦੀ ਉਹਦੇ 'ਚ ਕੁਛ ਜਿਹੜੇ ਹੈਗੇ ਪੰਜਾਬੀਆਂ ਨੇ ਰਿਜੈਂਟਮੈਂਟ ਕੀਤੀ ਸੀ ਤੇ ਹੋਰਨਾਂ ਸ਼ਹਿਰਾਂ ਵਿੱਚ ਵੀ ਹੈਗੇ ਆ ਕਿਸ ਤਰ੍ਹਾਂ ਦੀ ਰਿਜੈਂਟਮੈਂਟ ਹੈਗੀ ਕਿਸ ਤਰ੍ਹਾਂ ਦੀ ਲੋਜਿਸਟਿਕ ਸਪੋਰਟ ਦੇ ਰਹੇ ਹੈਗੇ ਆ ਪੰਜਾਬੀ ਸਾਡੇ ਬਾਹਰਲੇ ਰੈਲੀਆਂ ਇੱਥੇ ਮਤਲਬ ਪੂਰੇ ਵਿਸ਼ਵ ਹੁਣ ਇੱਥੇ ਸਾਡੇ ਇੰਗਲੈਂਡ ਦੇ ਵਿੱਚ ਜਿਹੜਾ ਆ ਉਹ ਸ਼ਹਿਰਾਂ ਦੇ ਵਿੱਚ ਵੀ ਜਿਸ ਤਰ੍ਹਾਂ ਲੈਸਟਰ ਆ ਇੱਥੇ ਵੀ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਕੱਢੀ ਗਈ ਆ ਸ਼ਹਿਰ ਦੇ ਵਿੱਚ ਲੰਡਨ ਦੇ ਵਿੱਚ ਬਰਮਿੰਗਮ ਦੇ ਵਿੱਚ ਹਾਈ ਕਮਿਸ਼ਨ ਦੇ ਦਫ਼ਤਰ ਦੇ ਮੂਹਰੇ ਗੁੱਸਾ ਤਾਂ ਸਾਰਿਆਂ ਦੇ ਵਿੱਚ ਹੈ ਕਿ ਦੁਨੀਆਂ ਦੇ ਵਿੱਚ ਪ੍ਰਧਾਨ ਮੰਤਰੀ ਤਾਂ ਬਹੁਤ ਆਏ ਗਏ ਹੋਣਗੇ ਪਰ ਇਸ ਤਰ੍ਹਾਂ ਦਾ ਢੀਠ ਬੰਦਾ ਜਿਹੜਾ ਆ ਉਹ ਢੀਠ ਪ੍ਰਧਾਨ ਮੰਤਰੀ ਜਿਹੜਾ ਆ ਉਹ ਕਦੇ ਨਹੀਂ ਦੇਖਿਆ ਕਿਸੇ ਨੇ ਜਿਹੜਾ ਬਿਨਾਂ ਪੁੱਛੇ ਲੋਕਾਂ ਨੂੰ ਬਿਨਾਂ ਦੱਸੇ ਲੋਕਾਂ ਨੂੰ ਓਵਰਨਾਈਟ ਹੈ ਤੇ ਉਹਨਾਂ ਨੂੰ ਸਵੇਰ ਨੂੰ ਲਾਗੂ ਕਰ ਦਿੰਦਾ ਹੈ ਇਹ ਜਿਹੜਾ ਆ ਖਾਸ ਤੌਰ ਤੇ ਗੁੱਸਾ ਹੈ ਕਿਸਾਨਾਂ ਦੇ ਬਾਰੇ ਵਿੱਚ ਜਿਹੜੀ ਗੱਲ ਕਰਦੇ ਹਾਂ ਆਪਾਂ ਜੋ ਬਿੱਲ ਜਿਹੜੇ ਆ ਮੰਗੇ ਨਹੀਂ ਗਏ ਜਾਂ ਕਿਸੇ ਨੇ ਉਹਨਾਂ ਦੀ ਡਿਮਾਂਡ ਨਹੀਂ ਕੀਤੀ ਕਿਸੇ ਨੇ ਕੋਈ ਮੁਜ਼ਾਹਰਾ ਨਹੀਂ ਕੀਤਾ ਧਰਨਾ ਨਹੀਂ ਕੀਤਾ ਵੀ ਸਾਡੇ ਹੱਕ ਦੇ ਵਿੱਚ ਆਹ ਬਿੱਲ ਪਾਸ ਕਰੋ ਆਪਣੇ ਆਪ ਹੀ ਪਾਸ ਕੀਤਾ ਔਰ ਪਾਸ ਕਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ 4 ਜੂਨ ਨੂੰ 100 ਏਕੜ ਜ਼ਮੀਨ ਦਿੱਤੀ ਗਈ ਆ ਅਵਾਨੀ ਨੂੰ ਉੱਥੇ ਸਟੋਰੇਜ ਗੋਦਾਮ ਬਣਾਉਣ ਦੇ ਵਾਸਤੇ 5 ਨੂੰ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹਾਂਜੀ 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 ਸੋ ਕਹਿਣ ਦਾ ਮਤਲਬ ਇਹ ਹੈ ਕਿ ਧੱਕੇਸ਼ਾਹੀ ਹੈ ਇੱਕ ਡਿਕਟੇਟਰਸ਼ਾਹੀ ਹੈ ਡਿਕਟੇਟਰਸ਼ਿਪ ਹੈ ਜਾਂ ਇਹਨੂੰ ਆਪਾਂ ਤਾਨਾਸ਼ਾਹੀ ਕਹਿ ਸਕਦੇ ਹਾਂ ਲੋਕਤੰਤਰ ਦੇ ਨਾਂ ਦੇ ਉੱਤੇ ਜਿਹੜਾ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਔਰ ਇਹਦਾ ਗੁੱਸਾ ਹਰ ਇੱਕ ਦੇ ਵਿੱਚ ਹੈ ਹਾਂਜੀ ਮੈਂ ਇੰਗਲੈਂਡ 5-7 ਵਾਰੀ ਗਿਆ ਤੁਹਾਡੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਗਿਆ ਹੈਗਾ ਉੱਥੇ ਤਾਂ ਜਿੰਨਾ ਮੇਰੀ ਨੌਲੇਜ ਹੈਗੀ ਮੈਂ ਕਿਸਾਨੀ ਵੀ ਸਟੱਡੀ ਕੀਤੀ ਆ ਬੜੇ ਵੱਡੇ ਤੁਹਾਡੇ ਫਾਰਮ ਹੈਗੇ ਉੱਥੇ ਛੋਟੇ ਹੋਣ ਨਹੀਂ ਦਿੰਦੇ ਐਜ਼ ਪਰ ਲਾਅ ਤੇ ਜਿਹੜੀ ਇੰਗਲੈਂਡ ਦੀ ਕਿਸਾਨੀ ਆ ਪੰਜਾਬ ਦੀ ਕਿਸਾਨੀ ਨਾਲੋਂ ਕਿਵੇਂ ਫਰਕ ਆ
ਜਾਂ ਜਿਹੜਾ ਕੰਟਰੈਕਟ ਫਾਰਮਿੰਗ ਬਾਰੇ ਕੋਈ ਇੰਗਲੈਂਡ ਵਿੱਚ ਇੰਗਲੈਂਡ ਦੇ ਕਿਸਾਨਾਂ ਦਾ ਕੀ ਐਕਸਪੀਰੀਅੰਸ ਇਦਾਂ ਦਾ ਰਿਹਾ ਹੈਗਾ? ਦੇਖੋ ਜਿਹੜਾ ਇੰਗਲੈਂਡ ਦੇ ਵਿੱਚ ਜਿਹੜਾ ਹੈ ਖੇਤੀਬਾੜੀ ਦਾ ਸਿਸਟਮ ਬਿਲਕੁਲ ਵੱਖਰਾ ਹੈ। ਹਾਂਜੀ, ਇੱਥੇ ਜਿਹੜਾ ਹੈ ਉਹ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਇਹ ਜਿਹੜਾ ਆ ਜਿਹੜੀ ਖੇਤੀ ਕੀਤੀ ਜਾਂਦੀ ਹੈ, ਜਿਸ ਫਸਲ ਦੀ ਖੇਤੀ ਕੀਤੀ ਜਾਂਦੀ ਹੈ ਉਹ ਅਲੱਗ ਅਲੱਗ ਜਿਹੜਾ ਹੈ ਸੈਗਮੈਂਟੇਸ਼ਨ ਕੀਤੀ ਗਈ ਹੈ ਉਹਦੀ। ਹਾਂਜੀ ਹਾਂਜੀ। ਔਰ ਕਿਸਾਨ ਦੇ ਕੋਲ ਹੱਕ ਹੈ ਮੰਡੀ ਦੇ ਵਿੱਚ ਆਪ ਲੈ ਕੇ ਜਾਵੇ, ਜਿੱਥੇ ਮਰਜ਼ੀ ਦੇਸ਼ ਦੇ ਵਿੱਚ ਇਸ ਮੁਲਕ ਦੇ ਵਿੱਚ ਉੱਥੇ ਜਾ ਕੇ ਉਹ ਆਪਣੀ ਫਸਲ ਦਾ ਮੰਡੀਕਰਨ ਕਰ ਸਕਦਾ, ਜਾਂ ਉੱਥੋਂ ਆਪ ਕੰਟਰੈਕਟ ਜਿਹੜਾ ਉਹ ਇੰਡੀਪੈਂਡੈਂਟ ਜਿਹੜਾ ਉਹ ਕਰ ਸਕਦਾ, ਦੂਸਰੇ ਵੱਡੇ ਜਿਹੜੇ ਵਪਾਰੀ ਆ ਉਹਨਾਂ ਨਾਲ ਕਰ ਸਕਦਾ, ਲੇਕਿਨ ਇਸ ਤਰ੍ਹਾਂ ਨਹੀਂ ਕਿ ਥੋਪਿਆ ਜਾਵੇ। ਥੋਪਿਆ ਨਹੀਂ ਜਾਊਗਾ, ਪੂਰੀ ਸੁਤੰਤਰਤਾ ਹੈ ਕਿਸਾਨ ਨੂੰ ਕਿ ਉਹ ਆਪਣੀ ਫਸਲ ਆਪਣੇ ਜੋ ਵੀ ਉਹਨੂੰ ਲੱਗਦਾ ਹੈ ਕਿ ਇਸ ਭਾਅ ਤੇ ਵਿਕਣੀ ਚਾਹੀਦੀ ਉਹ ਵੇਚੇ, ਉਹਨੂੰ ਆਜ਼ਾਦੀ ਹੈ। ਲੇਕਿਨ ਇਸ ਤਰ੍ਹਾਂ ਦੇ ਬਿੱਲ ਬਣਾ ਕੇ ਸਬ ਕੰਟਰੈਕਟਿੰਗ ਕਰਕੇ ਜਾਂ ਉਹਨਾਂ ਨੂੰ ਮਤਲਬ ਜੋ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜੋ 3 ਬਿੱਲ ਪਾਸ ਕੀਤੇ ਗਏ, ਇਸ ਤਰ੍ਹਾਂ ਦਾ ਕੋਈ ਫਾਰਮੂਲਾ ਇੱਥੇ ਨਹੀਂ ਹੈ। ਹਾਂਜੀ ਹਾਂਜੀ, ਕਿਸਾਨ ਆਪਣੇ ਤੌਰ ਤੇ ਜਿਹੜਾ ਉਹ ਆਜ਼ਾਦ। ਹਾਂਜੀ, ਇਸ ਵਿੱਚ ਢਿੱਲੋਂ ਸਾਹਿਬ ਇੱਕ ਗੱਲ ਬੜੀ ਸਪਸ਼ਟ ਆਈ ਹੈਗੀ ਆ। ਦੇਖੋ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਦਾ ਆਲ ਓਵਰ ਵਰਲਡ ਸਰਕਾਰਾਂ ਤੇ ਥੋੜਾ ਜਿਹਾ ਪ੍ਰੈਸ਼ਰ ਤਾਂ ਰਹਿੰਦਾ ਹੀ ਹੈਗਾ ਆ ਵੱਖ ਵੱਖ। ਜੇ ਆਪਾਂ ਇੰਡੀਆ ਦੀ ਦੇਖਿਆ ਜਾਵੇ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ ਚਲੋ ਥੋੜਾ ਬਹੁਤਾ ਪ੍ਰੈਸ਼ਰ ਸੀ। ਡਾਕਟਰ ਮਨਮੋਹਨ ਸਿੰਘ ਨੇ ਬਹੁਤ ਬੈਲੈਂਸ ਤਰੀਕੇ ਨਾਲ ਆਪਣੀ ਜਿਹੜੀਆਂ ਦੋ ਟਨਿਓਰ ਕੀਤੀਆਂ ਹੈਗੀਆਂ। ਮੋਦੀ ਸਾਹਿਬ ਨੇ ਤਾਂ ਜਿਵੇਂ ਕਹਿ ਲਈਏ ਸਰਕਾਰ ਹੀ ਉਹਨਾਂ ਦੇ ਹੱਥ ਕਰ ਦਿੱਤੀ ਹੈਗੀ, ਉਹਦੇ ਨਾਲ ਇਹਨਾਂ ਦੀ ਜਿਹੜੀ ਇੱਥੇ ਕਿਸਾਨਾਂ ਵਿੱਚ ਦੇਸ਼ ਵਿੱਚ ਤਾਂ ਪਾਪੂਲੈਰਿਟੀ ਘਟੀ ਹੈਗੀ ਆ। ਬਾਹਰ ਕੀ ਲੱਗਦਾ ਹੈਗਾ ਇਹਨਾਂ ਦਾ, ਇਹਦੇ ਬਾਰੇ ਕੀ ਲੋਕੀ ਰਿਐਕਸ਼ਨ ਦਿੰਦੇ? ਹਿਊਮਨ ਰਾਈਟਸ ਵਾਲੇ ਕੀ ਕਹਿੰਦੇ ਆ? ਇੰਨੀ ਧੁੰਦ ਆ, ਇੰਨੀ ਸਰਦੀ ਆ, ਵਿਚਾਰੇ ਉਹ ਰਜਾਈਆਂ ਲੈ ਕੇ ਪਏ। ਰਾਤੀ ਮੈਂ ਵਿਜ਼ੂਅਲ ਦੇਖ ਰਿਹਾ ਸੀ, ਇੱਕ ਰਜਾਈ ਛੋਟੀ ਸੀ, ਉਹ ਇੰਨੀ ਠੰਡ ਵਿੱਚ ਉਹਦੇ ਬੰਦੇ ਦੇ ਪੈਰ ਹੀ ਉਹ ਬਾਹਰ ਸੀ ਰਜਾਈ ਤੋਂ। ਮਤਲਬ ਇੰਨਾ ਇਨਹਿਊਮਨ ਟ੍ਰੀਟਮੈਂਟ ਇਹ ਸਰਕਾਰ ਵੱਲੋਂ ਮਿਲ ਰਿਹਾ ਕਿਸਾਨਾਂ ਨੂੰ। ਦੇਖੋ ਇਹ ਜਿਹੜੀ ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਹੈ ਕਿ ਜਿਹੜੇ ਇਹ ਮਤਲਬ ਧਰਨਾ ਦੇ ਰਹੇ ਆ, ਮੁਜ਼ਾਹਰੇ ਕਰ ਰਹੇ ਆ, ਅੰਦੋਲਨ ਕਰ ਰਹੇ ਆ, ਕਿਸਾਨ ਇਹ ਆਏ ਕਿੱਥੋਂ ਹੈ? ਆਪਣੇ ਭਾਰਤ ਦੇ ਹੀ ਨਾਗਰਿਕ ਹੈ ਨਾ। ਹਾਂਜੀ, ਇਹ ਹੁਣ ਇਹ ਬਿਆਨ ਦੇਈ ਜਾਣ ਕਿ ਚੀਨ ਤੋਂ ਆਏ ਆ ਜਾਂ ਪਾਕਿਸਤਾਨ ਤੋਂ ਆਏ ਆ, ਇਹ ਇੱਕ ਮੂਰਖਤਾ ਦੀਆਂ ਹੱਦਾਂ ਟੱਪਣ ਵਾਲੀ ਗੱਲ ਹੈ। ਹਾਂਜੀ ਹਾਂਜੀ। ਦੂਸਰੀ ਗੱਲ ਇਹ ਆ ਕਿ ਦੇਸ਼ ਦੇ ਨਾਗਰਿਕ ਉਹ ਕਹਿੰਦੇ ਆ ਕਿ ਸਾਨੂੰ ਇਹ ਜਿਹੜਾ ਨਹੀਂ ਚਾਹੀਦਾ, ਇਹ ਕਾਨੂੰਨ ਨਹੀਂ ਚਾਹੀਦੇ, ਤੁਸੀਂ ਰੱਦ ਕਰੋ, ਤੁਸੀਂ ਬਣਾਏ ਕਿਉਂ, ਅਸੀਂ ਤਾਂ ਮੰਗੇ ਹੀ ਨਹੀਂ ਹੈ। ਹਾਂਜੀ ਹਾਂਜੀ। ਔਰ ਲੋਕਤੰਤਰ ਦੇ ਵਿੱਚ ਲੋਕਾਂ ਦੇ ਵਾਸਤੇ ਇਹ ਇਬਰਾਹਿਮ ਲਿੰਕਨ ਦੀ ਜਿਹੜੀ ਆ ਕਹਿਣਾ ਹੈ ਕਿ ਲੋਕਾਂ ਦੀ, ਲੋਕਾਂ ਦੁਆਰਾ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਹੁੰਦੀ ਹੈ ਲੋਕਤੰਤਰ ਦੀ। ਹਾਂਜੀ, ਪਰ ਇੱਕ ਗੱਲ ਇਸ ਗੱਲ ਇਹ ਜਿਹੜੀ ਆ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਇਹਦੇ ਤੋਂ ਇਹ ਸਾਹਮਣੇ ਆ ਗਈ ਹੈ ਕਿ ਇੱਥੇ ਜਿਹੜਾ ਹੈ ਕਹਿਣ ਨੂੰ ਕੁਛ ਹੋਰ ਹੈ, ਹਾਥੀ ਦੇ ਦੰਦਾਂ ਵਾਲੀ ਗੱਲ ਹੈ, ਇਹ ਕਰਦੇ ਕੁਛ ਹੋਰ ਆ, ਕਹਿੰਦੇ ਕੁਛ ਹੋਰ ਹੈ, ਝੂਠ ਬੋਲਦੇ ਆ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਫਿਰ ਲੋਕਾਂ ਦਾ ਜਿਹੜਾ ਫਾਇਦਾ ਉਠਾਉਂਦੇ ਆ। ਹੁਣ ਖੇਤੀ ਬਿੱਲ ਜਿਹੜੇ ਆ ਉਹ ਬਣਾਏ ਤਾਂ ਬਣਾਏ ਕਿਉਂ, ਪਿੱਛੇ ਜਿਹੜੀਆਂ ਇਹਨਾਂ ਦੀਆਂ ਕਮਿਟਮੈਂਟਾਂ ਹੋਈਆਂ ਵੋਟਾਂ ਦੇ ਵੇਲੇ ਵੱਡੇ ਵੱਡੇ ਵਪਾਰੀਆਂ ਦੇ ਨਾਲ, ਇੱਕ ਖੇਤੀ ਇਹੋ ਜਿਹਾ ਕਿੱਤਾ ਆ ਜਿਹੜਾ ਐਵਰ ਗ੍ਰੀਨ ਹੈ, ਫੋਰ ਐਵਰ ਹੈ, ਜਿਹਦੇ ਵਿੱਚ ਕਦੇ ਵੀ ਜਿਹੜਾ ਉਹ ਮੰਦਾ ਨਹੀਂ ਆਉਣਾ, ਕਿਉਂਕਿ ਲੋਕਾਂ ਨੇ ਖਾਣਾ ਤੋਂ ਹਟਣਾ ਨਹੀਂ ਹੈ। ਹਾਂਜੀ ਹਾਂਜੀ ਹਾਂਜੀ, ਬੇਸਿਕ ਨੀਡ ਹੈ ਜਿੰਦਾ ਰਹਿਣ ਵਾਸਤੇ ਜਿਹੜਾ ਹੈ ਉਹ, ਖੇਤੀ ਜਿਹੜੀ ਹੈ, ਪਦਾਰਥ ਜਿਹੜੇ ਆ, ਵਸਤੂਆਂ ਜਿਹੜੀਆਂ ਆ, ਉਹ ਸਾਰੀਆਂ ਸਾਡੇ ਵਾਸਤੇ ਜ਼ਰੂਰਤ ਹੈ। ਹਾਂਜੀ ਹਾਂਜੀ। ਜੇਕਰ ਇਹਨਾਂ ਨੂੰ ਜਿਹੜਾ ਆ ਇਹਨਾਂ ਨੂੰ ਮਤਲਬ ਕਮਰਸ਼ਲਾਈਜ਼ ਕੀਤਾ ਜਾਵੇ, ਵਪਾਰੀ ਵਰਗ ਜਿਹੜਾ ਆ ਉਹ ਇੱਕ ਮਤਲਬ ਜਿਹੜਾ ਐਸਟੈਬਲਿਸ਼ ਹੋ ਜਾਂਦਾ, ਇਹ ਜਿਹੜੀ ਸਰਕਾਰ ਆ ਜਾਂ ਉਹ ਭਾਜਪਾ ਦੀ ਸਰਕਾਰ ਹੈ ਜਾਂ ਉਹ ਹੋਰ ਵੀ ਇਹੋ ਜਿਹੀ ਕਮਿਟਮੈਂਟ ਕਰਦੇ ਆ, ਉੱਥੇ ਇਹ ਆਪਣੇ ਪੈਰ ਪੱਕੇ ਕਰ ਰਹੇ ਆ ਵੀ ਆਉਣ ਵਾਲੀਆਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਹੈਗੀਆਂ ਉਹਨਾਂ ਦੇ ਵਿੱਚ ਵੀ ਸਾਡੇ ਪੈਰ ਪੱਕੇ ਹੋ ਜਾਣ, ਸਾਨੂੰ ਫੰਡਿੰਗ ਮਿਲੇ ਔਰ ਸਾਨੂੰ ਹਰ ਇੱਕ ਤਰ੍ਹਾਂ ਬੈਕਅਪ ਫਾਈਨੈਂਸ਼ੀਅਲੀ ਮਿਲੇ, ਅਸੀਂ ਇਲੈਕਸ਼ਨਾਂ ਹਾਰ ਨਾ ਜਾਈਏ ਕਿਤੇ। ਹਾਂਜੀ ਹਾਂਜੀ, ਚਲੋ ਇੱਕ ਗੱਲ ਇਹ ਹੈ ਇੰਗਲੈਂਡ ਪੁਆਇੰਟ ਆਫ ਵੀ ਨਾ, ਤੁਸੀਂ ਨੁਕਤਾ ਦੂਜਾ ਨੁਕਤਾ ਜਿਹੜਾ ਉਠਾਇਆ ਇਹ ਹੈ ਕਿ ਜਿਹੜਾ ਉੱਥੇ ਹਿਊਮਨ ਰਾਈਟਸ ਦੀ ਉਲੰਘਣਾ ਹੁੰਦੀ ਹੈ ਉਹ ਤਾਂ ਹੁਣ ਪੂਰੇ ਵਿਸ਼ਵ ਨੂੰ ਪਤਾ ਲੱਗ ਚੁੱਕਾ ਹੈ ਕਿ ਪਾਣੀ ਦੀਆਂ ਉਹ ਗੰਦੇ ਪਾਣੀ ਦੀਆਂ ਨਾਲੇ ਦੇ ਵਿੱਚ ਪਾਈਪਾਂ ਸਿੱਟ ਕੇ ਗੰਦੇ ਪਾਣੀ ਦੀਆਂ ਫੁਹਾਰਾਂ ਮਾਰੀਆਂ ਗਈਆਂ ਵਾਟਰ ਕੈਨਨ ਦੇ ਨਾਲ, ਹਾਂਜੀ, ਡਾਂਗ ਸੋਟਾ ਕੀਤਾ ਗਿਆ। ਇੱਕ ਕਿਸਾਨ ਜਿਹੜਾ ਆ ਅੰਨ ਦਾ ਦਾਤਾ ਜਿਹਨੂੰ ਕਿਹਾ ਜਾਂਦਾ ਆ, ਅੰਨ ਉਪਜਾਉਣ ਵਾਲਾ, ਔਰ ਸਾਰੇ ਮੁਲਕ ਨੂੰ ਭੁੱਖੇ ਮੁੱਖ ਨੂੰ ਮੁਲਕ ਨੂੰ ਮੰਗ ਤੇ ਮੁਲਕ ਨੂੰ ਰਜਾਉਣ ਵਾਲਾ ਪੰਜਾਬ ਦਾ ਕਿਸਾਨ, ਉਹਦੇ ਉੱਤੇ ਡਾਂਗਾਂ ਚਲਾਈਆਂ ਗਈਆਂ। ਔਰ ਰਾਤ ਨੂੰ ਉੱਥੇ ਜੋ ਬੈਠੇ ਆ ਇਹ ਲੋਕ ਰਾਤ ਨੂੰ ਗੂੜੀ ਨੀਂਦ ਸੁਣਦੇ ਆ, ਇਹਨਾਂ ਨੂੰ ਨਹੀਂ ਦੀਦਾ ਹੈ ਕਿ ਆਪਣੇ ਜਿਹੜੇ ਮੁਲਕ ਦੇ ਜਿਹੜੇ ਸ਼ਹਿਰੀ ਹੈ ਉਹ ਤੰਗ ਹੈ, ਉਹ ਬਾਹਰ ਪਾਲੇ ਠੱਕਰ ਦੇ ਵਿੱਚ ਜਿਹੜਾ ਸੌਂਦੇ ਹੈ
और वो कितना मतलब जेड़ा है दिल नू कंबाऊ हुआ हृदय वेद एक सारी घटनाक्रम है। हाँ जी, और ये मनुखी मनुखी अधिकारों का कारण है जी। हाँ जी, अगला जेड़ा एक होर जेड़ा बड़ा एक स्टीरियोटाइप इल्जाम हैगा ये जी खालिस्तानी आ ये टेररिस्ट आ ये आतंकवादी आ जी इन्हां नू पाकिस्तान दी शह हैगी आ तुहाडे एमपी आ मिस्टर ढेसी वो मैं उन्होंने एक किया सी उन्होंने भी मेरे ख्याल थोड़ी इंग्लैंड की पार्लीमेंट में सवाल उठाया सी शायद वो जो प्रेजिडेंट जो थोड़े प्राइम मिनिस्टर जॉनसन साहब ने भी कुछ जवाब दिता सी कुछ उदे बारे जिक्र करना चाहे कि जेड़ी तनमन ढेसी ने जेड़ी पार्लीमेंट दे विच आवाज चुकी है मनुखी अधिकारां दी आतंकवादी खालिस्तानी टेररिस्ट या इदां दे इल्जाम दे के शुरू कीते सी जो के किसान ने जो पूरे देश ने अपने देखो पार जी एक चीज हैगी एक गल बहुत क्लीयर कट इत्थे सामने आ गई है। हां जी, ये भारत दे विच जिहड़ी इस वेले सेंटर सरकार है उहदा इक्को इक एजेंडा आ कि धर्म दे नां ते, हां जी, फिरके दे नां ते जां पाकिस्तान दे नाम दे उत्ते जां पंजाबियां नूं बदनाम करके कि नशेड़ी आ इह खालिस्तानी आ जे आ वो आ करके इहनां नूं मतलब जिहड़ा बदनाम करन दा एजेंडा इहनां दा रिहा चाहे उह मीडिया इहनां दा खरीदिया होइआ मैं पिछे जे इक आर्टिकल लिखिआ सी ਕਿ ਜਿਹੜਾ ਭਾਰਤ ਦੇ ਵਿੱਚ ਮੀਡੀਆ ਆ ਉਹ ਗਵਰਨਮੈਂਟ ਦੇ ਪੱਖ ਦੇ ਵਿੱਚ ਕਿਉਂ ਆ ਬਹੁਤਾ ਉਹਦੇ ਪਿੱਛੇ ਇਹ ਹੈ ਕਿ ਉਹੀ ਬੰਦੇ ਉਹੀ ਤਨਾਡ ਉਹੀ ਧਨ ਕਵੇਰ ਅੱਜ ਜਿਹੜਾ ਆ ਉਹ ਖੇਤੀ ਬਿੱਲਾਂ ਨੂੰ ਪਾਸ ਕਰਾਉਣ ਦੇ ਵਾਸਤੇ ਤਿਆਰ ਹੈ ਜਿਹੜੇ ਲਾਗੂ ਕਰਵਾਇਆ ਜਿਹਨਾਂ ਨੇ 5 ਜੂਨ ਨੂੰ ਪਾਸ ਕਰਵਾਇਆ ਉਹੀ ਬੰਦਿਆਂ ਦੇ ਨਾਲ ਉਹਨੇ ਮੀਡੀਆ ਖਰੀਦਿਆ ਹੋਇਆ ਅਡਾਨੀ ਅਵਾਨੀ ਰਿਲਾਇੰਸ ਸਾਰੇ ਇਹ ਜਿਹੜੇ ਇਹਨਾਂ ਨੇ ਮੀਡੀਆ ਖਰੀਦਿਆ ਹੋਇਆ ਜੀ ਬਹੁਤਾ ਵੱਡਾ ਮਟੀਰੀਅਲ ਮੀਡੀਆ ਜਿਹੜਾ ਖਰੀਦਿਆ ਹੋਇਆ ਉਹ ਜੋ ਕੁਛ ਉਹਨੂੰ ਕਿਹਾ ਜਾਂਦਾ ਮੀਡੀਆ ਨੂੰ ਉਹ ਬੋਲਿਆ ਜਾਂਦਾ ਹੈ। ਗੱਲ ਇਹ ਆ ਜੇ ਇਹਨੂੰ ਹੁਣ ਅਸੀਂ ਕਿਸਾਨੀ ਕਹੀਏ ਜਾਂ ਚੀਨ ਤੋਂ ਆਏ ਕਹੀਏ ਜਾਂ ਪਾਕਿਸਤਾਨ ਤੋਂ ਆਈਏ ਕਹੀਏ ਜਾਂ ਖਾਲਿਸਤਾਨੀ ਕਹੀਏ ਜਾਂ ਅੱਤਵਾਦੀ ਕਹੀਏ ਇਹ ਇੱਕ ਮਤਲਬ ਜਿਹੜੀ ਟੈਕਟ ਆ ਕਿਸੇ ਮੂਵਮੈਂਟ ਨੂੰ ਲੀਹ ਤੋਂ ਲਾਉਣ ਵਾਸਤੇ ਲੋਕਾਂ ਦੇ ਵਿੱਚ ਜਿਹੜਾ ਗਲਤ ਮੈਸੇਜ ਪਹੁੰਚਾਉਣ ਵਾਸਤੇ ਮੀਡੀਆ ਇੱਕ ਪਾਵਰ ਹੈ ਉਹਦਾ ਦੁਰਵਰਤੋਂ ਕੀਤਾ ਜਾ ਰਿਹਾ ਜਿਹਨੂੰ ਅਸੀਂ ਆਪਣੇ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ ਪੀਲੀ ਪੱਤਰਕਾਰੀ ਜੈਲੋ ਜਰਨਲਿਜ਼ਮ ਕਹਿੰਦੇ ਹਾਂ ਉਹ ਕੁਛ ਹੋ ਰਿਹਾ ਔਰ ਇਹਦੇ ਉੱਤੇ ਕੋਈ ਕੁੰਡਾ ਨਹੀਂ ਹੈ ਕੁੰਡਾ ਕਿਹਨੇ ਲਾਉਣਾ ਸਰਕਾਰਾਂ ਨੇ ਲਾਉਣਾ ਉਹ ਸਰਕਾਰਾਂ ਨਾਲ ਹੈ ਉਹਨਾਂ ਦੇ ਇਸ ਵੇਲੇ ਜਿਹੜਾ ਆ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਇਹਦਾ ਟਾਕਰਾ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਮੀਡੀਆ ਜਿਹੜਾ ਹੈ ਇੱਕ ਵੱਡੀ ਪਾਵਰ ਬਣ ਕੇ ਉੱਭਰ ਗਿਆ ਕਿ ਉਸਨੇ ਜਿਹੜਾ ਦੂਸਰਾ ਮੀਡੀਆ ਜਿਹੜਾ ਗੋਦੀ ਮੀਡੀਆ ਜਾਂ ਨੂੰ ਮੋਦੀ ਮੀਡੀਆ ਕਹਿੰਦੇ ਆ ਇਹ ਸਾਰਾ ਜਿਹੜਾ ਆ ਉਹ ਮਤਲਬ ਜਿਹੜਾ ਉਹਦਾ ਜੋ ਵੀ ਭੰਡੀ ਪ੍ਰਚਾਰ ਸੀਗਾ ਉਹਨੂੰ ਇੱਕ ਪਾਸੇ ਰੱਖ ਦਿੱਤਾ ਲੋਕਾਂ ਦੇ ਅੱਗੇ ਜਿਹੜਾ ਸੱਚ ਆ ਉਹ ਸਾਹਮਣੇ ਲੈ ਆਉਂਦਾ ਇਹ ਅਸਲੀਅਤ ਆ ਆ ਔਰ ਬਿੱਲੀ ਜਿਸ ਤਰ੍ਹਾਂ ਮੈਂ ਕੱਲ ਪਰਸੋਂ ਲਿਖਿਆ ਸੀਗਾ ਕਿ ਬਿੱਲੀ ਥੈਲੇ ਚੋਂ ਬਾਹਰ ਆਈ ਹੈ ਅਸਲ ਕਹਾਣੀ ਜਿਹੜੀ ਆ ਉਹ ਸਾਹਮਣੇ ਆ ਗਈ ਲੋਕਾਂ ਦੇ ਇਸ ਵੇਲੇ ਪੂਰੇ ਵਰਲਡ ਦੇ ਲੋਕਾਂ ਦੇ ਕਿ ਇਹ ਮੀਡੀਆ ਕੀ ਕਰਦਾ ਇਹ ਸੈਂਟਰ ਸਰਕਾਰ ਕੀ ਕਰਦੀ ਹੈ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਬਹੁਤ ਸਮਝਦਾਰੀ ਦੇ ਨਾਲ ਵੋਟਾਂ ਪਾਉਣੀਆਂ ਚਾਹੀਦੀਆਂ ਜੇ ਅਨਪੜ੍ਹ ਬੰਦਾ ਚੁਣਿਆ ਜਾਊਗਾ ਪ੍ਰਧਾਨ ਮੰਤਰੀ ਤਾਂ ਆਹੀ ਕੁਛ ਕਰਨਾ ਪਊਗਾ ਡੰਗ ਆਪਣਾ ਬੋਰੀ ਬਿਸਤਰਾ ਜਿਹੜਾ ਸੜਕਾਂ ਤੇ ਰੱਖਣਾ ਪਊਗਾ ਜਾਂ ਧਰਨੇ ਮੁਜ਼ਾਹਰੇ ਫਿਰ ਜੰਤਰ ਮੰਤਰ ਚੱਲਣਗੇ ਜਾਂ ਫਿਰ ਉੱਧਰ ਬਠਿੰਡੇ ਵੱਲ ਚੱਲਣਗੇ ਜਾਂ ਕਿਸੇ ਹੋਰ ਪਾਸੇ ਚੱਲੀ ਜਾਣੇ ਆ ਇਹ ਬੰਦ ਹੀ ਨਹੀਂ ਹੋਣੇ ਇਹ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ ਕਿ ਵੋਟਾਂ ਦੇ ਵੇਲੇ ਜਿਹੜਾ ਆਪਣੀ ਜ਼ਮੀਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਵੋਟ ਪਾਈ ਜਾਵੇ ਔਰ ਚੰਗੇ ਜਿਹੜੇ ਆ ਉਹ ਆਪਣੇ ਨੇਤਾ ਚੁਣੇ ਜਾਣ ਜਿਹੜੇ ਭਲਾ ਕਰਨ ਜਿਹੜੇ ਵਾਕਿਆ ਲੋਕਤੰਤਰ ਦਾ ਜਿਹੜਾ ਹੈ ਉਹ ਰੱਖਿਆ ਕਰਨ ਜੀ। ਇੱਕ ਇਹਦਾ ਥੋੜਾ ਜਿਹਾ ਪੋਜ਼ਿਟਿਵ ਇੰਪੈਕਟ ਵੀ ਆਇਆ ਮੈਂ ਇੱਕ ਵੈਸੇ ਸੈਪਰੇਟ ਪ੍ਰੋਗਰਾਮ ਵੀ ਕੀਤਾ ਸੀ ਇੱਕ ਰਿਟਾਇਰਡ ਪ੍ਰਿੰਸੀਪਲ ਨਾਲ ਇਹਦੇ ਵਿੱਚ ਜਿਵੇਂ ਨਾ ਉਹ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਨੌਜਵਾਨਾਂ ਦੀ ਜਿਹੜੀ ਸੁੱਤੀ ਹੋਈ ਸ਼ਕਤੀ ਸੀ ਉਹ ਸਾਰੀ ਜਾਗ ਹੈਗੀ ਆ ਇੱਕ ਇਹਨਾਂ ਵਿੱਚ ਲੀਡਰਸ਼ਿਪ ਦੀਆਂ ਕੁਆਲਿਟੀ ਆਈਆਂ ਆਪਣੇ ਜਿਹੜੇ ਰਾਈਟਸ ਲਈ ਫਾਈਟ ਕਰਨਾ
और एक सब तो वड्डी गल हैगी आ जिहड़ी ट्रेडिशनल लीडरशिप अकाली होए कांग्रेसी होए आप वाले होए होर होगे उन्हां नूं बिल्कुल ही उन्हां दी चालां नूं जो पॉलिटिशियनां दी लूंबड़ चालां सी उन्हां नूं समझ गए हैगे आ अपने आप ये स्ट्रगल का चला रहे हैगे इहदा कोई भविख विच जदों भी इहदा फैसला हुंदा अल्टीमेटली जितना तक किसानां नहीं आ कोई पोलिटिकल रिपरकशन स्टेट विच जां इंडिया विच की होने की संभावना हैगी जिवें तुसीं थोड़ा जिहा कहा सी भी ਅਸੀਂ ਮਾੜੇ ਲੀਡਰ ਸਿਲੈਕਟ ਉਹ ਜਿਹੜੇ ਲੋਕੀ ਚੁਣ ਲੈਂਦੇ ਹੈਗੇ ਬਹੁਤ ਵੱਡਾ ਸਵਾਲ ਹੈ ਜੀ ਤੁਹਾਡਾ ਜਿਹਦੇ ਬਾਰੇ ਚ ਗੱਲ ਕਰਨੀ ਬਣਦੀ ਹੈ ਜੀ ਜੀ ਜਿਹੜਾ ਇਹਦੇ ਬਾਰੇ ਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਵੱਡੇ ਵੱਡੇ ਸਬਜ ਜਿਹੜੇ ਸਬਜ ਬਾਗ ਜਦੋਂ ਸਾਨੂੰ ਲੀਡਰ ਦਿਖਾਉਂਦੇ ਹੈ ਹਾਂਜੀ ਉਹ ਸਬਜ ਬਾਗ ਅਸੀਂ ਦੇਖ ਕੇ ਕਿ ਸਾਨੂੰ ਸਮਾਰਟ ਫੋਨ ਮਿਲੂਗਾ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਨੂੰ ਅਨਇੰਪਲਾਇਮੈਂਟ ਮਿਲੂਗੀ ਵਗੈਰਾ ਵਗੈਰਾ ਬੜਾ ਕੁਛ ਲੰਬੀ ਲਾਈਨ ਹੈ ਇੱਕ ਬੰਦੇ ਨੇ ਤਾਂ ਕਹਿ ਦਿੱਤਾ ਸੀ ਇਸ ਵੇਲੇ ਲੀਡਰ ਨੇਤਾ ਹੈ ਉਹ ਪੰਜਾਬ ਦੇ ਵਿੱਚ ਕਿ ਤੁਹਾਡੇ ਘਰਾਂ ਦੇ ਵਿੱਚ ਨਿਆਣੇ ਜੰਮਣਗੇ ਉਹਨਾਂ ਦੇ ਤੜਾਕੀਆਂ ਬੰਨਣ ਵੀ ਅਸੀਂ ਆਵਾਂਗੇ ਉਹਨੇ ਇਹ ਵੀ ਗੱਲ ਕਹੀ ਸੀ ਕਿ ਸਾਡੀਆਂ ਕਾਰਾਂ ਜਿਹੜੀਆਂ ਆ ਤੁਹਾਡੇ ਮੁੰਡਿਆਂ ਦੇ ਵਿਆਹ ਦੇ ਵਾਸਤੇ ਰਿਬਨ ਲੱਗ ਕੇ ਜਿਹੜਾ ਡਰਾਈਵਰ ਵੀ ਦੇਵਾਂਗੇ ਨਾਲ ਉਹ ਲੈ ਕੇ ਜਾਇਆ ਕਰਨਗੇ ਲਾੜੇ ਵਾਲੀ ਜਿਹੜੀ ਆਪਣੇ ਕਾਰ ਹੈ ਇਹੋ ਜਿਹੇ ਜਿਹੜੇ ਜੁਮਲੇ ਆ ਇਹੋ ਜਿਹੇ ਜਿਹੜਾ ਝੂਠ ਹੈ ਨਾ ਉਹ ਬੇਵਿਸ਼ਵਾਸੀ ਬੇਭਰੋਸਗੀ ਪੈਦਾ ਕਰਦਾ ਇਸ ਵੇਲੇ ਜਿਹੜਾ ਕਿਸਾਨ ਅੰਦੋਲਨ ਹੈ ਇੱਕ ਬਹੁਤ ਵੱਡੀ ਦੁਨੀਆ ਦੇ ਵਿੱਚ ਐਗਜ਼ਾਮਪਲ ਹੈ ਕਿ ਮੋਦੀ ਸਰਕਾਰ ਨੇ 15 ਲੱਖ ਦਾ ਕਿਹਾ ਕਿ ਤੁਹਾਡੇ ਜੇਬਾਂ ਚ ਪਾਵਾਂਗੇ ਇਸ ਤੋਂ ਇਲਾਵਾ ਹੋਰ ਵੱਡੇ ਵੱਡੇ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਵੱਡੇ ਵੱਡੇ ਲਾਰੇ ਲਾਏ ਹੈ ਔਰ ਉਸ ਤੋਂ ਬਾਅਦ ਕੀ ਕੀਤਾ ਉਸਨੇ ਇਹ ਜਿਹੜੀ ਬੇਭਰੋਸਗੀ ਹੈ ਇਹ ਕਿਸਾਨ ਅੰਦੋਲਨ ਦੇ ਵਿੱਚ ਜੇ ਹੁਣ ਕਿਸਾਨ ਇੱਕੋ ਗੱਲ ਤੇ ਖੜੇ ਹੈ ਕਿ ਇਹਨਾਂ ਨੂੰ ਰੱਦ ਕਰੋ ਉਹਦੀ ਵਜ੍ਹਾ ਇਹੀ ਹੈ ਕਿ ਇਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਜਿਹੜਾ ਆ ਜਦੋਂ ਆਪਾਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਕਿ ਇੱਕ ਬਹੁਤ ਵੱਡਾ ਵਾਰ ਆ ਪੰਜਾਬ ਦੇ ਨਹੀਂ ਮੈਂ ਕਹਿੰਦਾ ਕਿ ਜਿੰਨੇ ਨੌਜਵਾਨ ਪੀੜ੍ਹੀ ਆ ਅੱਜ ਦੇ ਜ਼ਮਾਨੇ ਦੀ ਸਾਰੀ ਬੜੀ ਬੜੀ ਸੁਲਝੀ ਹੋਈ ਹੈ ਉਹ ਸਾਰਾ ਕੁਛ ਦੇਖਦੀ ਹੈ ਉਹਨਾਂ ਨੇ ਕੁਛ ਇਹਨਾਂ ਨੂੰ ਪਰਖ ਲਿਆ ਕਿ ਲਾਰੇ ਕੀ ਲਾਉਂਦੇ ਆ ਕਰਦੇ ਕੀ ਹੈ ਵੋਟਾਂ ਦੇ ਨੇੜੇ ਜਾ ਕੇ ਫਿਰ ਕੀ ਕਹਿੰਦੇ ਆ ਫਿਰ ਕਰਦੇ ਕੀ ਹੈ ਆਪਣੇ ਮੁੱਖ ਮੰਤਰੀ ਦੀ ਗੱਲ ਕਰ ਲੈ ਕਹਿ ਸਕਦੇ ਹਾਂ ਪੰਜਾਬ ਦੇ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੇ ਨਤਮਸਤਕ ਹੋ ਕੇ ਸਹੁੰ ਖਾਧੀ ਸੀ ਨਸ਼ਿਆਂ ਦਾ ਲੱਕ ਤੋੜਦਿਆਂ ਕਿ ਟੁੱਟ ਗਿਆ ਲੇਕਿਨ ਪੰਜਾਬ ਦੇ ਵਿੱਚ ਇੱਕ ਚੀਜ਼ ਹੈ ਕਿ ਰਾਜਨੀਤਿਕ ਪਾਰਟੀਆਂ ਹਮੇਸ਼ਾ ਇਹ ਲੂੰਬੜ ਚਾਲਾਂ ਚੱਲਦੀਆਂ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਲੂੰਬੜ ਚਾਲਾਂ ਚੱਲ ਰਹੇ ਹੈ ਪਰ ਹੁਣ ਜੋ ਇਸ ਵੇਲੇ ਜਿਹੜੇ ਹਾਲਾਤ ਹੈ ਕਿਸਾਨ ਅੰਦੋਲਨ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਪਾਸੇ ਕਰਕੇ 31 ਜਥੇਬੰਦੀਆਂ ਜਾਂ 32 ਜਥੇਬੰਦੀਆਂ ਜਾਂ 40 ਹੋ ਗਈਆਂ ਹੈ ਜੀ ਉਹਨਾਂ ਨੇ ਇੱਕ ਵੱਖਰੇ ਤੌਰ ਤੇ ਨਹੀਂ ਕਿਹਾ ਨਹੀਂ ਇਹਨਾਂ ਨੂੰ ਨਹੀਂ ਨਾਲ ਲੈਣਾ ਇਹਨਾਂ ਨੇ ਵਿਕ ਜਾਣਾ ਇਹਨਾਂ ਨੇ ਸੌਦੇਬਾਜ਼ੀ ਕਰ ਜਾਣੀ ਇਹਨਾਂ ਨੇ ਸਾਨੂੰ ਵੇਚ ਜਾਣਾ ਇਹਨਾਂ ਨੂੰ ਪਾਸੇ ਰੱਖੋ ਇਹਨਾਂ ਨੂੰ ਨੇੜੇ ਵੀ ਨਾ ਆਉਣ ਦਿਓ ਸਟੇਜਾਂ ਦੇ ਇਹਨਾਂ ਨੂੰ ਅੰਦੋਲਨ ਦੇ ਵਿੱਚ ਹੀ ਨਾ ਵੜੋ ਇਹਨਾਂ ਨੂੰ ਪਾਸੇ ਕਰੋ ਅਸੀਂ ਆਪ ਲੜਦੇ ਹਾਂ ਉਹਨੇ ਬਹੁਤ ਇੱਕ ਵਧੀਆ ਜੁਗਤਬੰਦੀ ਨਾਲ ਸੂਝਬਾਈ ਢੰਗ ਦੇ ਨਾਲ ਜਿਹੜਾ ਉਹ ਅੰਦੋਲਨ ਨੂੰ ਆਰਗੇਨਾਈਜ਼ ਕੀਤਾ ਔਰ ਉਹ ਅੰਦੋਲਨ ਜਿਹੜਾ ਸਪਟੰਬਰ ਦੇ ਵਿੱਚ ਸ਼ੁਰੂ ਹੋਇਆ ਜਿਹਦੇ ਬਾਰੇ ਵਿੱਚ ਕਦੇ ਸੋਚਿਆ ਨਹੀਂ ਜਾ ਸਕਦਾ ਸੀ ਇਹਦੇ ਬਾਰੇ ਵਿੱਚ ਸੈਂਟਰ ਸਰਕਾਰ ਵੀ ਇਹੀ ਕਹਿੰਦੀ ਸੀ ਇਹਨਾਂ ਦੀਆਂ ਏਜੰਸੀਆਂ ਦੀ ਵੀ ਜਿਹੜੀ ਇਹੀ ਸੂਚਨਾ ਸੀ ਕਿ ਇਹ ਇੱਥੇ 10 ਦਿਨ ਰੌਲਾ ਪਾ ਕੇ ਬੰਦ ਹੋ ਜਾਣਾ ਇਹ ਕੁਛ ਨਹੀਂ ਹੋਣਾ ਜਿੱਦਾਂ GST ਦਾ ਹੋਇਆ ਮੇਰੇ ਦੋਸਤ ਆ ਪੰਜਾਬੀ ਦਾ ਰਾਈਟਰ ਆ ਉਹਨੇ ਮੈਨੂੰ ਇੱਕ ਕਿਹਾ ਵੀ ਭਾਰਤ ਸਾਹਿਬ ਵਿੱਚ ਪ੍ਰੋਗਰਾਮ ਕਰੋ ਜਾਂ ਸਵਾਲ ਪੁੱਛੋ ਪ੍ਰੋਗਰਾਮ ਵੀ ਇੱਕ ਮੈਂ ਫੁੱਲ ਫਲੈਜ ਕਮਾਂਗਾ ਕਰਾਂਗਾ ਪੰਜਾਬ ਚ ਇੰਨੇ ਡੇਰੇ ਆ ਇੰਨੇ ਬਾਬੇ ਆ ਹੈਂ ਬਾਕੀ ਸਾਰੇ ਜਿਹੜੇ ਪਦਮ ਸ਼੍ਰੀ ਵੀ ਆ ਗਏ ਖਿਡਾਰੀ ਵੀ ਆ ਗਏ ਰਾਈਟਰ ਵੀ ਆ ਗਏ ਅਫਸਰ ਵੀ ਆ ਗਏ ਉਹਨਾਂ ਨੇ ਆਪਣੇ ਮੈਡਲ ਵੀ ਚਲੋ ਅਨਾਊਂਸ ਕੀਤੇ ਚਾਹੇ ਕਿਸੇ ਨੇ ਉਹ ਲੋਜਿਸਟਿਕ ਸਪੋਰਟ ਸਿੰਬੋਲਿਕ ਹਮਦਰਦੀ ਕੀਤੀ ਕੀਤੀ ਤਾਂ ਹੈ ਕੋਈ ਕਿਸੇ ਡੇਰੇ ਵਾਲੇ ਲੋਕੀ ਆ ਡੇਰੇ ਵਾਲੇ ਬਾਬਿਆਂ ਕੋਲ ਜਾ ਕੇ ਪਤਾ ਨੀ ਕਿੰਨੇ ਉਹਨਾਂ ਨੂੰ ਪੈਸੇ ਚੜਾਉਂਦੇ ਕਿਸੇ ਵੀ ਪੰਜਾਬ ਚੋਂ ਡੇਰੇ ਵਾਲੇ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਇਹਨਾਂ ਦੀ ਸਪੋਰਟ ਬਾਰੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੋਰੋਨਾ ਦਸੰਬਰ ਦੇ ਵਿੱਚ ਸ਼ੁਰੂ ਹੋਇਆ 10 ਦਸੰਬਰ ਨੂੰ ਚੀਨ ਤੋਂ ਭਾਰਤ ਦੇ ਵਿੱਚ ਪਹੁੰਚਾ ਮਾਰਚ ਦੇ ਵਿੱਚ ਫਰਵਰੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫਰਵਰੀ ਮਾਰਚ ਵਿੱਚ ਪਹੁੰਚ ਗਿਆ ਹਾਂਜੀ ਉਸ ਤੋਂ ਬਾਅਦ ਜਿਹੜਾ ਹੈ ਨਾ ਬਾਬਿਆਂ ਦੀ ਅਸਲੀਅਤ ਜਿਹੜੀ ਆ ਉਹ ਸਾਹਮਣੇ ਆ ਗਈ ਡਰਦੇ ਹੋਏ ਖੁੱਡਾਂ ਹਾਂਜੀ ਹਾਂਜੀ ਉਹ ਖੁੱਡਾਂ ਚ ਬੜੇ ਉਸ ਵੇਲੇ ਅਸਲੀਅਤ ਸਾਹਮਣੇ ਆ ਗਈ ਕਿ ਇਹ ਲੋਕਾਂ ਨੂੰ ਇਮੋਸ਼ਨਲ ਧਰਮ ਦੇ ਨਾਂ ਤੇ ਇਮੋਸ਼ਨਲ ਬਲੈਕਮੇਲ ਕਰਦੇ ਆ ਇਸ ਵੇਲੇ ਜੋ ਸਿਚੁਏਸ਼ਨ ਹੈ ਕਿਸਾਨ ਅੰਦੋਲਨ ਦੀ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਆਪਣੇ ਹਿੱਤ ਪ੍ਰੋਟੈਕਟ ਕਰਨ ਦੇ ਵਾਸਤੇ ਇਸ ਅੰਦੋਲਨ ਤੋਂ ਆਪਣਾ ਕਿਨਾਰਾਕਸ਼ੀ ਕਰ ਰੱਖੀ ਹੈ ਬਿਲਕੁਲ ਉਹ ਕਿਨਾਰਾਕਸ਼ੀ ਕਰਨ ਦਾ ਸਾਈਡ ਇਫੈਕਟ ਹੁਣ ਦੋਹਰਾ ਹੋ ਗਿਆ ਪਹਿਲਾਂ ਕੋਰੋਨਾ ਦੇ ਵਿੱਚ ਇਹ ਫੜੇ ਗਏ
ਹੁਣ ਕਿਸਾਨ ਅੰਦੋਲਨ ਦੇ ਨਾਲ ਨਾ ਜੁੜਨ ਦੇ ਕਰਕੇ ਫੜੇ ਗਏ ਵੀ ਇਹ ਤਾਂ ਲੋਕ ਮਤਲਬ ਹੀ ਹੈ, ਇਹ ਸਿਰਫ ਜਿਹੜਾ ਆ ਆਪਣਾ ਜਿਹੜਾ ਤੋਰੀ ਫੁਲਕਾ ਚਲਾਉਣ ਦੇ ਵਾਸਤੇ ਡੇਰੇ ਬਣਾਏ ਹੋਏ ਆ, ਇਹਨਾਂ ਦਾ ਕਿਸੇ ਜੇ ਕਹੀਏ ਆਪਾਂ ਮਨੁੱਖਤਾ ਦੇ ਨਾਲ ਪਿਆਰ ਹੈ, ਜੇ ਕਹੀਏ ਅਸੀਂ ਇਹ ਬਾਬੇ ਦੀ ਬਾਣੀ ਨਾਲ ਤੁਰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਮਤਲਬ ਪ੍ਰਸਤੀ ਦੇ ਉੱਤੇ ਜਿਹੜਾ ਆ ਆਪਣਾ ਡੇਰੇਦਾਰੀ ਕਰਦੇ ਆ, ਇਹ ਗੱਲਾਂ ਸਾਫ਼ ਹੋ ਗਈਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਨੌਜਵਾਨ ਵੀ ਆਪਣੇ ਹੋਰ ਵਰਗ ਵੀ ਜਿਹੜੇ ਇਹਨਾਂ ਦੇ ਨਾਲ ਟੁੱਟ ਜਾਣਗੇ ਔਰ ਪੂਰੀ ਤਰ੍ਹਾਂ ਇਹਨਾਂ ਨੂੰ ਮੂੰਹ ਨੇ ਲਾਉਣਗੇ, ਇਹ ਗੱਲ ਸਾਫ਼ ਹੋ ਜਾਣੀ ਆ ਆਉਣ ਵਾਲੇ ਸਮੇਂ ਦੇ ਵਿੱਚ। ਜੀ ਚਲੋ, ਕਿਸਾਨੀ ਦੇ ਆਉਣੇ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਇਹਦੇ ਨਾਲ, ਲੋਕੀ ਫਿਰ ਵੀ ਇਹਨਾਂ ਵਿੱਚ ਇੰਨੀ ਕਿਉਂ ਮਤਲਬ ਅੰਧ ਵਿਸ਼ਵਾਸ ਰੱਖਦੇ ਹੈਗੇ? ਦੁਨੀਆਂ ਕਿਤੇ ਪਹੁੰਚ ਗਈ ਹੈਗੀ ਆ, ਇਹ ਪੰਜਾਬ ਖਾਸ ਤੌਰ ਤੇ ਇੱਧਰ ਤਾਂ ਹਰ ਪਿੰਡ ਵਿੱਚ ਪਤਾ ਨੀ ਕਿੰਨੇ ਕਿੰਨੇ ਬਾਬੇ ਜਾਇਦਾਦ ਦੇ ਲੋਕੀ ਬੈਠੇ ਹੈਗੇ, ਇਹਦੇ ਬਾਰੇ ਕੁਛ ਲੋਕਾਂ ਨੂੰ? ਇਹਦਾ ਵੱਡਾ ਕਾਰਨ ਮੈਂ ਇਹ ਮੰਨਦਾ, ਮੇਰਾ ਨਿੱਜੀ ਵਿਚਾਰ ਹੈ ਕਿ ਅਸੀਂ ਇੱਕ ਤਾਂ ਇਤਿਹਾਸ ਦੇ ਨਾਲੋਂ ਟੁੱਟੇ ਹੋਏ ਹਾਂ, ਹਾਂਜੀ, ਇੱਕ ਸਾਹਿਤ ਦੇ ਨਾਲੋਂ ਟੁੱਟੇ ਹੋਏ ਹਾਂ। ਦੋਨਾਂ ਚੀਜ਼ਾਂ ਨਾਲੋਂ ਟੁੱਟ ਗਏ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਪੈਦਾ ਹੋ ਗਈਆਂ, ਫਿਰ ਅਨਪੜ੍ਹਤਾ ਜਿਹੜੀ ਹੈ, ਅੰਧ ਵਿਸ਼ਵਾਸ ਜਿਹੜਾ ਆ ਉਹ ਤਾਂ ਫਿਰ ਪੈਦਾ ਹੋਣਾ ਹੀ ਹੈ। ਕਿਉਂਕਿ ਜਦੋਂ ਅਸੀਂ ਉਹ ਕਹਿੰਦੇ ਹੁੰਦੇ ਆ ਨਾ, ਇੱਕ ਭੇਡ ਸਵੇਰ ਨੂੰ ਉੱਠ ਕੇ ਚੱਲਦੀ ਹੈ, ਢੇਰ ਨੂੰ ਤੇ ਫਾਕੀ ਵੀ ਚੱਲਦੀਆਂ, ਉਹ ਭੇਡ ਚਾਲ ਜਿਹੜੀ ਆ ਉਹਨੂੰ ਆਪਾਂ ਰੋਕਣ ਦੇ ਵਾਸਤੇ ਇੱਕ ਲਹਿਰ ਜਿਹੜੀ ਹੈ ਇਤਿਹਾਸ ਨਾਲ ਜੋੜਨ ਦੀ, ਜਿਸ ਤਰ੍ਹਾਂ ਪਿੱਛੇ ਜਿਹੇ ਕੁਝ ਗੀਤ ਆਏ ਆ, ਹੁਣ ਇਸ ਲਹਿਰ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਕੁਝ ਗੀਤ ਇਹੋ ਜਿਹੇ ਆਏ ਆ, ਕੁਝ ਆਪਣੇ ਗਾਇਕ ਕਲਾਕਾਰਾਂ ਨੇ ਗਾਏ ਆ ਜਿਹੜੇ ਇਤਿਹਾਸ ਨਾਲ ਜੋੜਨ ਦੀ ਗੱਲ ਕਰਦੇ ਆ, ਜਿਹੜੇ ਇਤਿਹਾਸ ਦੀ ਵਿਆਖਿਆ ਕਰਦੇ ਆ ਇੱਕ ਇੱਕ ਅੱਖਰ ਨਾਲ, ਇੱਕ ਇੱਕ ਲਾਈਨ ਦੇ ਨਾਲ, ਇੱਕ ਇੱਕ ਸੈਂਟੈਂਸ ਦੇ ਨਾਲ ਬਹੁਤ ਵੱਡੀ ਗੱਲ ਕਹਿ ਰਹੇ ਆ, ਔਰ ਨੌਜਵਾਨਾਂ ਦੇ ਉੱਤੇ ਉਹਨਾਂ ਦਾ ਅਸਰ ਪੈ ਰਿਹਾ। ਇਸ ਤਰ੍ਹਾਂ ਦੀ ਕੋਈ ਮੂਵਮੈਂਟ ਜਿਹੜੀ ਆ ਉਹ ਚੱਲੂ ਪੰਜਾਬ ਦੇ ਵਿੱਚ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਜਿਹੜਾ ਆ ਉਹ ਪੰਜਾਬ ਆਪਣੇ ਜਿਹੜਾ ਉਹ ਸਹੀ ਰਾਹ ਦੇ ਉੱਤੇ 21ਵੀਂ ਸਦੀ ਜਾਂ 22ਵੀਂ ਸਦੀ ਦੇ ਹਾਣ ਦਾ ਹੋ ਜਾਊਗਾ, ਇਹ ਆਸ ਪੂਰੀ ਹੈ ਜੀ। ਜੇ ਇਤਿਹਾਸ ਅੰਗਰੇਜ਼ਾਂ ਵੇਲੇ ਦਾ ਵੀ ਦੇਖਿਆ ਜਾਵੇ, ਬੜੇ ਬੜੇ ਮੋਰਚੇ ਚੱਲੇ, 8-8, 9-9 ਮਹੀਨੇ ਵੀ ਚੱਲੇ ਹੈਗੇ, ਤੁਹਾਨੂੰ ਪਤਾ, ਜੈਤੋਂ ਦਾ ਮੋਰਚਾ, ਪਤਾ ਨੀ ਕਿਹੜੇ ਹੁਣ ਮੈਂ ਅੰਗਰੇਜ਼ਾਂ ਵਾਲੇ, ਇਹ ਜਿਹੜਾ ਮੋਰਚਾ ਇਹ ਵੀ ਮੋਰਚਾ ਹੀ ਬਣ ਗਿਆ, ਪਤਾ ਨੀ ਕਿੰਨੀ ਦੇਰ ਚੱਲੇਗਾ, ਲੇਕਿਨ ਇੰਨਾ ਸ਼ੋਰ ਆ ਵੀ ਜਿਹੜਾ ਲੋਕੀ ਜਿੱਦਾਂ ਇੱਕ ਪਾਸਟ ਹਿਸਟਰੀ ਆ, ਲੋਕੀ ਜਿੱਤ ਕੇ ਆਉਣਗੇ, ਇਹਦੇ ਲਈ ਮੋਦੀ ਸਰਕਾਰ ਨੂੰ ਵੀ ਕੁਛ ਥੋੜਾ ਜਿਹਾ ਫਰਾਕ ਦਿੱਲੀ ਦਿਖਾਉਣੀ ਚਾਹੀਦੀ ਆ। ਇੱਕ ਸਰਕਾਰ ਦੀਆਂ ਇਹ ਹੋਣਗੀਆਂ, ਜੇ ਇਹੋ ਅਸੀਂ ਬਿੱਲ ਵਾਪਸ ਲੈ ਲਏ, ਹੋਰ ਵੀ ਸਾਨੂੰ ਲੋਕੀ ਪ੍ਰੈਸ਼ਰ ਪਾ ਸਕਦੇ ਹੈਗੇ, ਇਹ ਬੈਲੈਂਸ ਜਿਹਾ ਡਿਸੀਜ਼ਨ ਕਿਵੇਂ ਆਵੇ ਤੁਹਾਡੇ ਹਿਸਾਬ ਨਾਲ? ਕੀ ਦੇਖੋ, ਇਹਦੇ ਵਿੱਚ ਬੈਲੈਂਸ ਵਾਲੀ ਗੱਲ ਹੀ ਕੋਈ ਨੀ ਹੈ ਕਿ ਉਸਨੇ ਪਹਿਲਾਂ ਧੱਕੇਸ਼ਾਹੀ ਬਹੁਤ ਕੀਤੀ ਹੈ, ਇਸ ਵੇਲੇ ਸੱਪ ਦੇ ਮੂੰਹ ਦੇ ਵਿੱਚ ਕੋਟਕੇਲੀ ਫਸੀ ਹੈ। ਜੇ ਉਹ ਨਿਗਲੇ ਤਾਂ ਕਲੰਕੀ ਬਣਦਾ, ਜੇ ਉਹ ਛੱਡੇ ਤਾਂ ਵੀ ਕਲੰਕੀ ਬਣਦਾ, ਜੇ ਨਿਗਲੇ ਤਾਂ ਕੋਹੜੀ ਬਣਦਾ ਹੈ ਜੀ। ਬਿੱਲ ਪਹਿਲਾਂ ਜਿਹੜੇ ਆ ਉਹਨਾਂ ਦਾ ਪ੍ਰੋਪੋਗੰਡਾ ਕੀਤਾ ਗਿਆ ਕਿਸਾਨਾਂ ਦੇ ਹਿੱਤਾਂ ਦੇ ਵਿੱਚ, ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਰੈਲੀ ਜਿਹੜੀ ਆ ਉਹ 350 ਕਿਲੋਮੀਟਰ ਜਿਹੜੀ ਆ ਉਹ ਦਿੱਲੀ ਤੱਕ ਚੱਲੀ ਹੈ, ਇਤਿਹਾਸ ਹੈ, ਦੁਨੀਆਂ ਦੇ ਵਿੱਚ ਪਹਿਲਾਂ ਕਦੇ ਇਹੋ ਜਿਹਾ ਨਹੀਂ ਹੋਇਆ। ਹਾਂਜੀ ਹਾਂਜੀ, ਦੁਨੀਆਂ ਦੇ ਵਿੱਚ ਪਹਿਲਾਂ ਮੋਰਚੇ ਬਹੁਤ ਲੱਗੇ ਆ, ਜਿਸ ਤਰ੍ਹਾਂ ਤੁਸੀਂ ਕਿਹਾ ਜੈਤੋਂ ਦਾ, ਨਨਕਾਣਾ ਸਾਹਿਬ ਦਾ, ਉਹ ਕੁੰਜੀਆਂ ਦਾ ਮੋਰਚਾ ਲੱਗਾ, ਗੁਰਦੁਆਰਿਆਂ ਨੂੰ ਸਿੰਘ ਸਭਾ ਵਾਲਿਆਂ ਨੇ ਮੋਰਚੇ ਬੜੇ ਲਾਏ, ਪਰ ਇਹੋ ਜਿਹਾ ਮੋਰਚਾ ਜਿਹੜਾ ਦੁਨੀਆਂ ਦੇ ਵਿੱਚ, ਪੂਰੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਜਿਹੜਾ ਕਦੇ ਇਹੋ ਜਿਹਾ ਮੋਰਚਾ ਨਹੀਂ ਲੱਗਾ ਕਿ 350 ਕਿਲੋਮੀਟਰ ਔਰ ਬੰਦਿਸ਼ਾਂ ਜਿੰਨੀਆਂ ਵੀ ਰੋਕਾਂ ਲਾਈਆਂ ਸਾਰੀਆਂ ਤੋੜ ਕੇ ਦਿੱਲੀ ਨੂੰ ਘੇਰਾ ਪਾਇਆ। ਇਸ ਵੇਲੇ ਅਸੀਂ ਗੱਲ ਕਰਦੇ ਸੀਗੇ ਪਾਰਲੀਮੈਂਟ ਨੂੰ ਘੇਰੋ, ਰਾਸ਼ਟਰਪਤੀ ਭਵਨ ਨੂੰ ਘੇਰੋ, ਪ੍ਰਧਾਨ ਮੰਤਰੀ ਨਿਵਾਸ ਘੇਰੋ, ਉਹਨਾਂ ਨੇ ਪੂਰੀ ਦਿੱਲੀ ਘੇਰੀ ਹੈ ਔਰ ਦਿੱਲੀ ਵਾਲੇ ਨਾਲ ਹੈ, ਦਿੱਲੀ ਵਾਲੇ ਸਾਰੇ ਨਾਲ ਹੈ, ਦਿੱਲੀ ਵਾਲੇ ਨਾਲ ਨੇ। ਮੈਂ ਲੜਕੀਆਂ ਦੇਖੀਆਂ ਸ਼ੁਰੂ ਸ਼ੁਰੂ ਵਿੱਚ ਪਾਣੀ ਲੈ ਕੇ ਆਈਆਂ, ਜੋ ਕੁਛ ਵੀ ਇਹਨਾਂ ਦੀ ਹਿੰਮਤ ਸੀ, ਇੰਡੀਵਿਜੁਅਲ ਕੈਪੈਸਿਟੀ ਵਿੱਚ ਲੋਕੀ ਆਏ ਹੈਗੇ। ਅੱਛਾ, ਇੱਕ ਲਾਸਟ ਗੱਲ, ਉਹਨਾਂ ਦੀ ਸਟੇਟਮੈਂਟ ਇਹ ਹੈ ਕਿ ਅਸੀਂ ਅੱਧੀ ਖਾ ਲਾਂਗੇ, ਅਸੀਂ ਸੁੱਕੀ ਖਾ ਲਾਂਗੇ, ਲੇਕਿਨ ਇਹ ਹੱਕ ਦੀ ਲੜਾਈ ਹੈ। ਔਰ ਫਿਰ ਦੂਜੀ ਵੱਡੀ ਗੱਲ ਦੇਖੋ ਕਿ ਉੱਥੇ ਲੰਗਰ ਲਾਇਆ ਗਿਆ, ਬਾਬੇ ਨਾਨਕ ਦਾ ਮਿਸ਼ਨ ਅੱਗੇ ਪਹੁੰਚਾਇਆ ਗਿਆ ਪੂਰੇ ਵਰਲਡ ਦੇ ਵਿੱਚ, ਆਪਣੀ ਸ਼ਾਂਤੀ ਦੇ ਨਾਲ ਜਿਹੜਾ ਆ, ਅਮਨ ਤੇ ਸ਼ਾਂਤੀ ਦੇ ਨਾਲ ਜਿਹੜਾ ਮੁਜ਼ਾਹਰਾ ਕੀਤਾ ਕਿ ਬਾਬੇ ਨਾਨਕ ਦਾ ਮਿਸ਼ਨ ਹੈ, ਸਾਂਝੀ ਬਾਲਤਾ ਦਾ, ਸਾਰੇ ਧਰਮ ਉੱਥੇ ਇਕੱਠੇ ਹੋਏ ਹੈ। ਇਹਦੇ ਨਾਲ ਹੀ ਜਿਹੜਾ ਨੌਜਵਾਨਾਂ ਨੇ ਉੱਥੇ ਜੋ ਮਤਲਬ ਸੁਨੇਹਾ ਦਿੱਤਾ ਪੂਰੇ ਵਰਲਡ ਦੇ ਵਿੱਚ, ਧੀਆਂ ਭੈਣਾਂ ਦੀ ਰੱਖਿਆ ਦਾ, ਕੁੜੀਆਂ ਦੀਆਂ ਸਟੇਟਮੈਂਟਾਂ, ਲੜਕੀਆਂ ਦੀਆਂ ਸਟੇਟਮੈਂਟਾਂ ਆ ਰਹੀਆਂ ਕਿ ਸਾਨੂੰ ਦਿੱਲੀ ਦੇ ਵਿੱਚ ਅਸੀਂ ਮਹਿਫੂਜ਼ ਨਹੀਂ ਸੀ, ਇਸ ਵੇਲੇ ਹੁਣ ਪੰਜਾਬੀ ਇੱਥੇ ਆਏ ਹੈ, ਨੌਜਵਾਨ ਭੈਣਾਂ ਭੈਣਾਂ ਕਰਕੇ ਗੱਲ ਕਰਦੇ ਹੈ, ਅਸੀਂ ਬੜੀਆਂ ਮਹਿਫੂਜ਼ ਹਾਂ। ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਬਹੁਤ ਵੱਡੇ ਪੱਧਰ ਤੇ ਪੂਰੀ ਦੁਨੀਆਂ ਨੂੰ ਇੱਕ ਸੁਨੇਹਾ ਦਿੰਦੀਆਂ ਜੀ।
और एक ਇਹ ਅੰਦੋਲਨ ਨੇ ਮੈਂ ਕਹਿੰਦਾ ਬੜ ਦੇ ਵਿੱਚ ਇਹੋ ਜਿਹੀ ਇੱਕ ਮਿਸਾਲ ਪੈਦਾ ਹੋ ਗਈ ਹੈ ਜਿਹੜੀ ਰਹਿੰਦੀ ਦੁਨੀਆ ਤੱਕ ਹਿਸਟਰੀ ਦੇ ਵਿੱਚ ਰਹੂਗੀ ਜੀ। ਮੈਂ ਇੱਕ ਲਾਸਟ ਸਵਾਲ ਪੁੱਛਦਾ ਹੈਗਾ, ਜਿਵੇਂ 84 ਤੋਂ ਬਾਅਦ ਅਨਫੋਰਚੂਨੇਟ ਤੁਹਾਨੂੰ ਪਤਾ ਉਹ ਇੱਕ ਟੈਰਰਿਜ਼ਮ ਦਾ ਦੌਰ ਸੀ, ਉਹਦੇ ਵਿੱਚ ਪਾਕਿਸਤਾਨ ਨੇ ਵੀ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਸੀ, ਬੜਾ ਉਹ ਕੰਪਲੈਕਸ ਜਿਹਾ ਉਹ ਤੁਹਾਨੂੰ ਪਤਾ ਸਿਚੁਏਸ਼ਨ ਬਣ ਗਈ ਸੀ, ਬੜੀ ਮੁਸ਼ਕਲ ਨਾਲ ਕਮਿਊਨਿਟੀ ਬਦਨਾਮ ਵੀ ਹੋਈ ਉਸ ਵੇਲੇ ਤੁਹਾਨੂੰ ਪਤਾ ਹੈਗਾ, ਜਾਂ ਕੀਤਾ ਵੀ ਗਿਆ ਹੈਗਾ। ਇਹਦਾ ਇੱਕ ਪਲੱਸ ਪੁਆਇੰਟ ਇਹ ਹੈਗਾ, ਜਿਹੜਾ ਧੱਬੇ ਲੱਗੇ ਸੀ ਉਹ ਸਾਡੀ ਕਮਿਊਨਿਟੀ ਦੇ ਸਾਰੇ ਲਹਿ ਗਏ ਹੈਗੇ ਆ। ਬਾਬੇ ਨਾਨਕ ਦਾ ਜਿਹੜਾ ਲੰਗਰ ਦਾ ਕਿਰਤ ਦਾ ਕੰਸੈਪਟ, ਤੇ ਜਿਹੜਾ ਵੀ ਪੰਜਾਬੀ ਜਾਂ ਸਿੱਖ ਕਿੰਨੇ ਇਹੋ ਸ਼ਾਨ ਸੁਭਾਅ ਦੇ, ਇਹਨਾਂ ਦਾ ਕੀ ਸੱਭਿਆਚਾਰ ਆ, ਧਾਰਮਿਕ ਸੱਭਿਆਚਾਰ ਕੀ ਆ, ਜਿਹੜਾ ਫੋਕ ਸੱਭਿਆਚਾਰ ਕੀ ਆ, ਇਹ ਸਾਰਾ ਹੀ ਉਜਾਗਰ ਹੋ ਗਿਆ। ਇਹਦੇ ਬਾਰੇ ਜ਼ਰੂਰ ਇੱਕ ਦੱਸ ਕੇ ਤੇ ਇੱਕ ਕੋਈ ਜਾਂਦੇ ਜਾਂਦੇ ਮੈਸੇਜ ਵੀ ਦਿਓ ਇਸ ਸੰਬੰਧ ਵਿੱਚ। ਇਹਦੇ ਬਾਰੇ ਚ ਦੇਖੋ, ਇਹ ਪਹਿਲੀ ਗੱਲ ਇਹ ਹੈ ਕਿ 84 ਦੀ ਤੁਸੀਂ ਗੱਲ ਕੀਤੀ ਹੈ, 84 ਦੇ ਵਿੱਚ ਜਿਹੜਾ ਮੀਡੀਆ ਆ ਸੋਸ਼ਲ ਮੀਡੀਆ ਨਹੀਂ ਸੀ। ਹਾਂਜੀ ਹਾਂਜੀ, ਉਸ ਵੇਲੇ ਬਦਨਾਮ ਕਰਨ ਦੇ ਵਾਸਤੇ ਸਰਕਾਰੀ ਮੀਡੀਆ ਨੂੰ ਵਰਤਿਆ ਗਿਆ। ਉਦੋਂ ਇੱਕੋ ਚੈਨਲ ਸੀ, ਲੋਕੀ ਮੰਨਦੇ ਸੀ, ਉਹ ਚੈਨਲ ਹੁੰਦਾ ਸੀਗਾ, ਡੀਡੀ ਹੁੰਦਾ ਸੀਗਾ, ਤੇ ਉਹਦੇ ਵਿੱਚ ਜੋ ਕੁਛ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਸੀ ਕਿ ਆਹ ਖ਼ਬਰ ਇਸ ਤਰ੍ਹਾਂ ਕਰਕੇ ਪੜ੍ਹਦੇ ਹੋ ਜਾਂ ਬੋਲਦੇ ਹੋ, ਉਹ ਬੋਲੀ ਜਾਂਦੀ ਸੀ। ਔਰ ਜਿਹੜੀਆਂ ਖ਼ਬਰਾਂ ਦੱਬਣੀਆਂ ਹੁੰਦੀਆਂ ਸੀਗੀਆਂ ਉਹ ਦੱਬ ਲਈਆਂ ਜਾਂਦੀਆਂ ਸੀਗੀਆਂ ਰੇਡੀਓ ਦੇ ਉੱਤੇ ਜਾਂ ਕੁਛ ਵੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਇਹਦੇ ਵਿੱਚ ਯੋਗਦਾਨ, ਮੈਂ ਸਭ ਤੋਂ ਨੰਬਰ 1 ਮੰਨਦਾ ਕਿ ਇੱਕ ਨੰਬਰ ਦੇ ਉੱਤੇ ਇਸ ਵੇਲੇ ਸੋਸ਼ਲ ਮੀਡੀਆ ਜਿਹੜੇ ਚੈਨਲ ਹੈ, ਜਿਸ ਤਰ੍ਹਾਂ ਤੁਸੀਂ ਗ੍ਰਾਂਡ ਟੀਵੀ ਚਲਾ ਰਹੇ ਹੋ, ਇਹ ਬਹੁਤ ਵੱਡਾ ਯੋਗਦਾਨ ਹੈ, ਪੂਰੇ ਦੁਨੀਆਂ ਦੇ ਵਿੱਚ ਆਵਾਜ਼ ਜਾਂਦੀ ਹੈ ਇਹਦੀ। ਇਸੇ ਤਰ੍ਹਾਂ ਹੋਰ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਾਰੀ ਨੇ, ਲਿਖਦੇ ਨੇ ਜਾਂ ਕਵਿਤਾ ਲਿਖਦੇ ਨੇ ਜਾਂ ਕੋਈ ਵੀ ਸਾਹਿਤ ਦੀ ਜਿਹੜੀ ਆ ਉਹ ਵਿਧਾ ਲਿਖਦੇ ਨੇ, ਉਹ ਮੈਸੇਜ ਦੇ ਰਹੇ ਨੇ, ਔਰ ਉਹਦੇ ਨਾਲ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਅਸਲ ਕਹਾਣੀ ਕੀ ਹੈ। ਆਪਣਾ ਸੱਭਿਆਚਾਰ, ਸਾਡਾ ਸੱਭਿਆਚਾਰ, ਪੰਜਾਬੀਆਂ ਦਾ ਸੱਭਿਆਚਾਰ ਬੜਾ ਸਾਫ਼ ਸੁਥਰਾ ਪਵਿੱਤਰ ਸੱਭਿਆਚਾਰ ਹੈ, ਇਹਦੇ ਵਿੱਚ ਕੋਈ ਦੂਸਰੀ ਰਾਏ ਹੋ ਹੀ ਨਹੀਂ ਸਕਦੀ। ਲੇਕਿਨ ਇਹ ਸੱਭਿਆਚਾਰ ਨੂੰ ਬਦਨਾਮ ਕਰਨ ਦੇ ਵਾਸਤੇ ਆਲੇ ਦੁਆਲੇ ਜਿਹੜੀਆਂ ਏਜੰਸੀਆਂ ਬਹੁਤ ਹੈ, ਸਾਨੂੰ ਆਪਣੇ ਆਪ ਨੂੰ ਬਚਾਉਣਾ ਚਾਹੀਦਾ, ਬਚਾਉਣਾ ਪੈਣਾ ਹੈ, ਸਾਡੀ ਹੋਂਦ ਹੈ ਇਹ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਏਜੰਸੀਆਂ ਸਾਨੂੰ ਭੰਡੀ ਪ੍ਰਚਾਰ ਕਰਦੀਆਂ, ਉਹਨਾਂ ਨੂੰ ਇਹੋ ਜਿਹਾ ਮੈਸੇਜ ਦੇਣਾ ਚਾਹੀਦਾ ਵਰਲਡ ਦੇ ਵਿੱਚ ਕਿ ਇਹ ਝੂਠ ਬੋਲਦੀਆਂ। ਔਰ ਇਹ ਚੀਜ਼ ਜਿਹੜੀ ਹੈ ਸਾਨੂੰ ਬਹੁਤ ਸਤਰਕ ਹੋ ਕੇ, ਬੜਾ ਚੁਕੰਨੇ ਹੋ ਕੇ ਕਰਨੀ ਪੈਣੀ ਹੈ। ਇਸ ਵੇਲੇ ਜੋ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਹੈ, ਉੱਥੇ ਉਹਨਾਂ ਨੇ ਰਾਤਾਂ ਦੇ ਠੀਕਰੀ ਪਹਿਰੇ ਲਾਏ ਹੋਏ ਹੈ, ਜੇ ਕੋਈ ਉਹਨਾਂ ਨੂੰ ਛੱਕੀ ਨਜ਼ਰ ਆਉਂਦਾ ਉਹਨੂੰ ਫੜਦੇ ਹੈ। ਔਰ ਜੋ ਕੋਈ ਇਸੇ ਤਰ੍ਹਾਂ ਹੁਣ ਪਿੱਛੇ ਜੇ ਦੇਖਿਆ ਕੋਈ ਪੁਲਿਸ ਵਾਲੇ ਇੰਸਪੈਕਟਰ ਬਿਨਾਂ ਜਿਹੜਾ ਬੈਜ ਤੋਂ, ਬਿਨਾਂ ਬੈਜ ਤੋਂ ਕੋਈ ਪੁਲਿਸ ਵਾਲਾ ਤੁਰ ਨਹੀਂ ਸਕਦਾ ਆਫੀਸਰ, ਔਰ ਬਿਨਾਂ ਬੈਜ ਤੋਂ ਤੁਰੇ ਫਿਰਦੇ। ਜਦੋਂ ਉਹਨਾਂ ਨੂੰ ਉੱਥੇ ਸਵਾਲ ਕੀਤਾ ਗਿਆ ਮੀਡੀਆ ਵਾਲਿਆਂ ਵੱਲੋਂ, ਤਾਂ ਉਹਨਾਂ ਕੋਲ ਜਵਾਬ ਨਾ ਸੀ, ਉਹ ਕਹਿੰਦੇ ਸਾਡਾ ਬੈਜ ਕਿਤੇ ਡਿੱਗ ਪਏ ਆ, ਉਹ 10 ਬੰਦੇ ਤੁਰੇ ਜਾਂਦੇ, 10 ਦੇ ਬੈਜ ਹੈ ਨਹੀਂ। ਸੋ ਇਸ ਤਰ੍ਹਾਂ ਦੇ ਲੋਕਾਂ ਦੀ ਪਛਾਣ ਕਰਨੀ ਪਊਗੀ ਆਪਾਂ ਨੂੰ। ਜਦੋਂ ਅਸੀਂ ਇਹ ਪਛਾਣ ਕਰਾਂਗੇ, ਅਸੀਂ ਆਪਣਾ ਜਿਹੜਾ ਸੱਭਿਆਚਾਰ ਬਚਾ ਸਕਾਂਗੇ ਜੀ। ਲਾਸਟ ਵਿੱਚ ਮੋਦੀ ਸਾਹਿਬ, ਮੈਂ ਨਾ ਮਨ ਨੂੰ ਗਰਦਨ ਹਿਲਾਈ ਜਾਂਦੇ ਇਸ ਤਰ੍ਹਾਂ, ਕਿਤੇ ਉਹਨਾਂ ਦੀ ਗਰਦਨ ਬਹੁਤੀ ਦਰਦ ਨਾ ਕਰਨ ਲੱਗ ਪਣ, ਉਹਨਾਂ ਨੇ ਇੱਕ ਬੇਨਤੀ ਕਰ ਦਿਓ NRI ਵਿਆਪ ਤੇ ਵੀ ਮੋਦੀ ਸਾਹਿਬ ਦਿੱਤ ਛੱਡ ਦਿਓ, ਮੰਨ ਜਾਓ ਤੇ ਇਹਦਾ ਜਿਹੜਾ ਹੈਗਾ ਇਹਦੇ ਵਿੱਚ ਸਰਕਾਰ ਦਾ ਵੀ ਭਲਾ, ਕੰਟਰੀ ਦਾ ਵੀ ਭਲਾ ਤੇ ਕਿਸਾਨ ਵੀ ਖੁਸ਼ ਹੋ ਜਾਣਗੇ। ਕਿਉਂ ਆਪਣੇ ਅਨਸੈਸਰੀ ਇਸ ਅੰਦੋਲਨ ਨੂੰ ਅੱਗੇ ਵਧਾਉਣਾ, ਇੱਕ ਅਪੀਲ ਜ਼ਰੂਰ ਕਰ ਦਿਓ NRI ਦੇ ਵਿਆਪ ਤੇ। ਇਹ ਸਰਕਾਰ ਭਾਰਤੀ ਲੋਕਾਂ ਦੇ ਲੋਕਾਂ ਦੁਆਰਾ ਚੁਣੀ ਗਈ, ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਰਕਾਰ ਹੈ ਜੀ ਜੀ, ਔਰ ਜਿਹੜਾ ਪ੍ਰਧਾਨ ਮੰਤਰੀ ਆ ਉਹ ਲੋਕਾਂ ਦਾ ਨੁਮਾਇੰਦਾ ਹੈ ਜੀ ਜੀ। ਜੇ ਲੋਕਾਂ ਨੂੰ ਤਕਲੀਫ ਹੈ ਤਾਂ ਉਹਨਾਂ ਦੀ ਤਕਲੀਫ ਨੂੰ ਸੁਣਨਾ, ਉਹਨੂੰ ਜਿਹੜਾ ਨਿਪਟਾਉਣਾ ਵਧੀਆ ਢੰਗ ਦੇ ਨਾਲ, ਇਹ ਪ੍ਰਧਾਨ ਮੰਤਰੀ ਦਾ ਸਭ ਤੋਂ ਪਹਿਲਾ ਜਿਹੜਾ ਆ ਫਰਜ਼ ਬਣਦਾ ਹੈ। ਇਸ ਵੇਲੇ ਜੋ ਹਾਲਾਤ ਪੈਦਾ ਹੋ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਰਾਬ ਨਾ ਹੋਣ, ਇਹ ਮੋਦੀ ਜਿਹੜੀ ਹੈ, ਮੋਦੀ ਸਰਕਾਰ ਹੈ, ਭਾਰਤ ਦੀ ਕੇਂਦਰ ਸਰਕਾਰ ਹੈ, ਉਹਨਾਂ ਨੂੰ ਇਹ ਅਪੀਲ ਹੈ ਕਿ ਇਹ ਜਿਹੜਾ ਹੈ ਮਸਲਾ ਹੋਰ ਨਾ ਉਲਝਾਏ। ਪੰਜਾਬ ਦੇ ਵਿੱਚ ਨਹੀਂ, ਪੂਰੇ ਦੁਨੀਆ, ਪੂਰੇ ਭਾਰਤ ਦੇ ਵਿੱਚ ਜਿਹੜਾ ਹੈ ਉਹ ਅਮਨ ਮਾਨ ਨੂੰ ਖਤਰਾ ਹੋ ਜਾਏ, ਘਰੇਲੂ ਯੁੱਧ ਨਾ ਲੱਗ ਜਾਏ, ਇਸ ਕਰਕੇ ਇਸ ਨੂੰ ਜਿਹੜਾ ਆ ਜਿੰਨੀ ਜਲਦੀ ਨਿਪਟਾ ਹੋਵੇ ਨਿਪਟਾ ਲੈਣਾ ਚਾਹੀਦਾ, ਕੋਈ ਢੰਗ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ। ਅੱਗੇ 6 ਗੱਲਬਾਤਾਂ ਕੀਤੀਆਂ, 2 ਸਿੱਟਾਂ ਨਿਕਲੀਆਂ, ਕੁਝ ਇਹੋ ਜਿਹਾ ਮਸੌਦਾ ਬਣਾਓ, ਇਹਨਾਂ ਜਿਹੜੇ ਤਿੰਨੇ ਜਿਹੜੇ ਆਪਣੇ ਬਣਾਏ ਹੋਏ ਆ ਕਾਨੂੰਨ, ਇਹਨਾਂ ਨੂੰ ਰੱਦ ਕਰ ਲਓ, ਰੱਦ ਕਰਕੇ ਦੁਬਾਰਾ ਤੋਂ ਲੋਕ ਰਾਏ ਲੈ ਕੇ ਰਾਏ ਸ਼ੁਮਾਰੀ ਕਰਵਾ ਕੇ ਜਿਹੜਾ ਦੁਬਾਰਾ ਕਾਨੂੰਨ ਬਣਾ ਲਓ, ਕੋਈ ਫਰਕ ਨਹੀਂ ਪੈਂਦਾ। ਸਰਕਾਰ ਹੈ, ਲੋਕਾਂ ਦਾ ਸੁਣਨਾ ਪਹਿਲੀ ਗੱਲ ਹੈ ਸਰਕਾਰ ਵਾਸਤੇ ਜੀ। ਢਿੱਲੋਂ ਸਾਹਿਬ, ਤੁਸੀਂ ਇੰਗਲੈਂਡ ਤੋਂ ਸਾਡੇ ਨਾਲ ਜੁੜੇ, ਬਹੁਤ ਵਧੀਆ ਜਿਹੜੀ ਪੂਰੇ ਇਸ ਅੰਦੋਲਨ ਬਾਰੇ, ਕਿਸਾਨੀ ਅੰਦੋਲਨ ਬਾਰੇ ਤਰਜਮਾਨੀ ਕੀਤੀ। ਮੈਨੂੰ ਉਮੀਦ ਆ ਸਾਡੇ ਜਿਹੜੇ ਪੰਜਾਬ ਦੇ ਲੋਕ ਜਾਂ ਇੰਡੀਆ ਦੇ ਲੋਕ ਜਾਂ ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋਣਗੇ। ਤੁਸੀਂ
जुड़े हैगे साडे नाल ऑनलाइन बहुत बहुत मेहरबानी गां भी कदी कदी इकट्ठे होया वेरी मच थैंक यू धन्यवाद जी थैंक यू।